ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਅਸਲਾਮ ਅਲੈਕੁਮ। ਦੇਸੀ ਟੀਵੀ USA ਤੋਂ ਪੰਜਾਬੀ ਦੀ ਖਬਰਾਂ ਦੇ ਨਾਲ ਮੈਂ ਅਨਾਤਿਆ ਰਾਜਪੂਤ। ਭਾਰਤ ਦੀ ਤਕਰੀਬ ਹਲਫਬਰਦਾਰੀ 'ਚ ਚੀਤੇ ਜਿਹਾ ਜਾਨਵਰ ਵੇਖਿਆ ਗਿਆ। ਨਈ ਭਾਰਤੀ ਕਾਬੀਨਾ ਦਾ ਇਜਲਾਸ, ਆਮ ਵਜ਼ਾਰਤਾਂ ਤੇ BJP ਦੇ ਵਜ਼ੀਰ ਬਰਕਰਾਰ। ਅੰਟਾਰੀਓ ਪਾਰਲੀਮੈਂਟ ਦਹਿਸ਼ਤਗਰਦੀ ਦੇ ਸ਼ਿਕਾਰ ਪਾਕਿਸਤਾਨੀ ਖਾਨਦਾਨ ਦੀ ਯਾਦ 'ਚ ਖਾਮੋਸ਼ੀ। ਸਾਊਦੀ ਅਰਬ 'ਚ ਬਰਾਹ ਰਾਸਤ ਸੂਰਜ ਦੀ ਰੋਸ਼ਨੀ 'ਚ ਕੰਮ ਕਰਨ ਤੇ ਪਾਬੰਦੀ ਆਇਦ। ਅਦਾਕਾਰਾ ਖੁਸ਼ਬੂ ਨੂੰ ਕਤਲ ਕਰ ਦਿੱਤਾ ਗਿਆ। ਨੈੱਟਫਲਿਕਸ ਸੀਰੀਜ਼ ਦੀ ਟ੍ਰਾਇਲ ਦੀ ਕਾਜੋਲ ਦੀ ਸਾਥੀ ਅਦਾਕਾਰਾ ਨੂਰ ਮਾਲਾਬੀਕਾ ਦਾਸ ਨੇ ਖੁਦਕੁਸ਼ੀ ਕਰ ਲਈ। ਟੀਮ ਪਾਕਿਸਤਾਨ ਆਪਣਾ ਤੀਜਾ ਮੈਚ ਕੱਲ੍ਹ ਕੈਨੇਡਾ ਦੇ ਖਿਲਾਫ਼ ਖੇਡੇਗੀ। ਗੇਮ ਬਿਹਤਰ ਨਹੀਂ ਕੀਤਾ ਤੇ ਲੰਬਾ ਨਹੀਂ ਖੇਡ ਪਾਉਣਗੇ ਹੈੱਡ ਕੋਚ ਪਾਕਿਸਤਾਨੀ ਟੀਮ। ਦਾਰੁਲ ਹਕੂਮਤ ਨਈ ਦਿੱਲੀ 'ਚ ਭਾਰਤੀ ਹਕੂਮਤ ਨੇ ਜਦ ਸਦਾਰਤੀ ਮਹਿਲ 'ਚ ਆਪਣੇ ਅਹੁਦੇ ਦਾ ਹਲਫ ਉਠਾਇਆ ਤੇ ਗਾਰਡ ਆਫ ਆਨਰ ਦੇ ਦੌਰਾਨ ਉੱਥੇ ਇੱਕ ਚੀਤੇ ਜਿਹਾ ਜਾਨਵਰ ਆਸ ਪਾਸ ਘੁੰਮਦਾ ਹੋਇਆ ਵਿਖਾਈ ਦਿੱਤਾ ਗਿਆ। ਇਸ ਜਾਨਵਰ ਨੂੰ ਮਹਿਲ 'ਚ ਜਿੱਥੇ ਵਜ਼ੀਰ ਆਜ਼ਮ ਨਰਿੰਦਰ ਮੋਦੀ ਸਮੇਤ ਭਾਰਤ ਦੇ ਮੁਤੱਦਦ 9 ਮੁੰਤਖਬ ਕਾਨੂੰਨ ਸਾਜ਼ ਬੈਠੇ ਸਨ, ਇਸ ਦੇ ਬਿਲਕੁਲ ਕਰੀਬ ਬਿਛੇ ਰੈੱਡ ਕਾਰਪੇਟ ਦੇ ਉੱਪਰ ਗੁਜ਼ਰੇ ਹੋਏ ਵੇਖਦਿਆ ਜਾ ਸਕਦਾ ਹੈ। ਬਜ਼ਾਇਰ ਇਸ ਵੇਲੇ ਕਿਸੇ ਨੇ ਇਸ 'ਤੇ ਧਿਆਨ ਨਹੀਂ ਦਿੱਤਾ। ਫੌਜੀਆਂ ਦੀ ਤਵੱਜੋ ਇਸ ਵਕਤ ਆਇਨ ਤੋਂ ਵਫ਼ਾਦਾਰੀ ਦਾ ਹਲਫ ਉਠਾਉਣ ਦੇ ਬਾਅਦ ਕਾਨੂੰਨ ਸਾਜ਼ਾਂ ਦੇ ਦਸਤਾਵੇਜ਼ਾਤ 'ਤੇ ਦਸਤਖਤ ਕਰਨ 'ਤੇ ਸੀ। ਭਾਰਤੀ ਵਜ਼ੀਰ ਆਜ਼ਮ ਨਰਿੰਦਰ ਮੋਦੀ ਦੀ ਜ਼ੇਰੇ ਸਦਾਰਤ ਨਈ ਕਾਬੀਨਾ ਦਾ ਇਜਲਾਸ ਨਈ ਦਿੱਲੀ 'ਚ ਹੋਇਆ। ਨਈ ਦਿੱਲੀ ਭਾਰਤੀ ਮੀਡੀਆ ਦੇ ਮੁਤਾਬਿਕ ਇਸ ਮੌਕੇ 'ਤੇ ਮੁੰਤਖਬ ਭਾਰਤੀ ਵਜ਼ਰਾਂ ਨੂੰ ਉਹਨਾਂ ਦੇ ਅਹੁਦੇ ਤਫਵੀਜ਼ ਕਰ ਦਿੱਤੇ ਗਏ ਅਤੇ ਭਾਰਤੀ ਮੀਡੀਆ ਦੇ ਮੁਤਾਬਿਕ ਸੁਬਰਾਮਨੀਅਮ ਜੇ ਸ਼ੰਕਰ ਵਜ਼ਾਰਤ ਖਾਰਜਾ ਦੇ ਅਹੁਦੇ 'ਤੇ ਬਰਕਰਾਰ ਰਹਿਣਗੇ। ਭਾਰਤੀ ਮੀਡੀਆ ਦੇ ਮੁਤਾਬਿਕ ਇਸੀ ਤਰ੍ਹਾਂ ਰਾਜਨਾਥ ਸਿੰਘ ਵਜ਼ੀਰ ਦਿਫਾ ਅਤੇ ਅਮਿਤ ਸ਼ਾਹ ਨੂੰ ਵਜ਼ੀਰ ਦਾਖਲਾ ਦੇ ਅਹੁਦੇ 'ਤੇ ਬਰਕਰਾਰ ਰੱਖਿਆ ਗਿਆ ਅਤੇ ਭਾਰਤੀ ਮੀਡੀਆ ਦੇ ਮੁਤਾਬਿਕ ਨਿਰਮਲਾ ਸੀਤਾਰਾਮਨ ਨੂੰ ਵੀ ਬਤੌਰ ਵਜ਼ੀਰ ਖਜ਼ਾਨਾ ਬਰਕਰਾਰ ਰੱਖਿਆ ਗਿਆ। ਅੰਟਾਰੀਓ ਪਾਰਲੀਮੈਂਟ 'ਚ 3 ਸਾਲ ਕਬਲ ਲੰਡਨ ਓਨਟੈਰੀਓ 'ਚ ਦਹਿਸ਼ਤਗਰਦੀ ਦਾ ਸ਼ਿਕਾਰ ਹੋਣ ਵਾਲੇ ਪਾਕਿਸਤਾਨੀ ਖਾਨਦਾਨ ਦੀ ਯਾਦ 'ਚ ਖਾਮੋਸ਼ੀ ਇਖਤਿਆਰ ਕੀਤੀ ਗਈ। ਜੂਨ 2021 46 ਸਾਲਾ ਸਲਮਾਨ ਅਫਜ਼ਾਲ, 74 ਸਾਲਾ ਤਲਤ ਅਫਜ਼ਾਲ, 44 ਸਾਲਾ ਮਦੀਆ ਸਲਮਾਨ ਅਤੇ 15 ਸਾਲਾ ਯਮੁਨਾ ਅਫਜ਼ਾਲ ਘਰ ਤੋਂ ਸ਼ਾਮੀ ਚਹਿਲਕਦਮੀ ਲਈ ਨਿਕਲੇ ਸਨ ਅਤੇ ਮਜ਼ਹਬੀ ਤਾਸੁਬ ਵਿੱਚ ਮੁਬਤਲਾ ਦਹਿਸ਼ਤਗਰਦ ਨੇ ਉਹਨਾਂ ਨੂੰ ਟਰੱਕ ਤੋਂ ਰੋਨ ਦਿੱਤਾ ਸੀ। ਓਨਟੈਰੀਓ ਪਾਰਲੀਮੈਂਟ 'ਚ ਪਾਕਿਸਤਾਨੀ ਨਜਾਦ ਰੁਕਨ ਪਾਰਲੀਮੈਂਟ ਜ਼ੀਸ਼ਾਨ ਹਾਮਿਦ ਨੇ ਪੁਆਇੰਟ ਆਫ ਆਰਡਰ 'ਤੇ ਸਪੀਕਰ ਤੋਂ ਦਰਖਾਸਤ ਕੀਤੀ ਕਿ ਅਵਾਨ ਤੋਂ ਲੰਡਨ ਓਨਟਾਰੀਓ 'ਚ 3 ਸਾਲ ਕਬਲ ਇਸਲਾਮੋਫੋਬੀਆ ਅਤੇ ਦਹਿਸ਼ਤਗਰਦੀ ਦੇ ਵਾਕਏ 'ਚ ਆਪਣੀਆਂ ਜਾਨਾਂ ਗਵਾਉਣ ਵਾਲੇ ਅਫਜ਼ਾਲ ਖਾਨਦਾਨ ਦੇ 4 ਅਫਰਾਦ ਦੀ ਯਾਦ 'ਚ ਖਾਮੋਸ਼ੀ ਇਖਤਿਆਰ ਕਰਨ ਲਈ ਇਤਫਾਕੇ ਰਾਏ ਹਾਸਲ ਕੀਤਾ ਜਾਏ। ਸਪੀਕਰ ਪਾਰਲੀਮੈਂਟ ਨੇ ਇਸ ਕਰਾਰਦਾਦ 'ਤੇ ਅਵਾਮ ਤੋਂ ਰਾਏ ਮੰਗੀ ਅਤੇ ਸੂਬੇ ਦੀ ਤਮਾਮ ਸਿਆਸੀ ਜਮਾਤਾਂ ਨੇ ਇਤਫਾਕੇ ਰਾਏ ਦਾ ਇਜ਼ਹਾਰ ਕੀਤਾ, ਜਿਸ 'ਤੇ ਪਾਕਿਸਤਾਨੀ ਖਾਨਦਾਨ ਦੀ ਯਾਦ 'ਚ ਖਾਮੋਸ਼ੀ ਇਖਤਿਆਰ ਕੀਤੀ ਗਈ। ਸਾਊਦੀ ਅਰਬ 'ਚ ਬਰਾਹ ਰਾਸਤ ਸੂਰਜ ਦੀ ਰੋਸ਼ਨੀ 'ਚ ਕੰਮ ਕਰਨ 'ਤੇ ਪਾਬੰਦੀ ਆਇਦ ਕਰ ਦਿੱਤੀ ਗਈ ਹੈ। ਸਾਊਦੀ ਮੀਡੀਆ ਦੇ ਮੁਤਾਬਿਕ ਇਹ ਪਾਬੰਦੀ 15 ਜੂਨ ਤੋਂ 15 ਸਤੰਬਰ ਤੱਕ ਤਮਾਮ ਨਿੱਜੀ ਸ਼ੋਬਿਆਂ ਲਈ ਹੋਵੇਗੀ, ਜਿਸ ਦੇ ਤਹਿਤ ਦੁਪਹਿਰ 12 ਤੋਂ 3 ਵਜੇ ਤੱਕ ਬਰਾਹ ਰਾਸਤ ਸੂਰਜ ਦੀ ਰੋਸ਼ਨੀ 'ਚ ਕੰਮ ਕਰਨ 'ਤੇ ਪਾਬੰਦੀ ਹੋਵੇਗੀ। ਮੀਡੀਆ ਰਿਪੋਰਟ ਦੇ ਮੁਤਾਬਿਕ ਇਸ ਫੈਸਲੇ ਦਾ ਮਕਸਦ ਨਿੱਜੀ ਸ਼ੋਬੇ ਦੇ ਮੁਲਾਜ਼ਮੀਨ ਦੀ ਹਿਫਾਜ਼ਤ ਅਤੇ ਸਿਹਤ ਨੂੰ ਯਕੀਨੀ ਬਣਾਉਣਾ ਹੈ। ਸਾਊਦੀ ਮੀਡੀਆ ਦੇ ਮੁਤਾਬਿਕ ਬਰਾਹ ਰਾਸਤ ਸੂਰਜ ਦੀ ਰੋਸ਼ਨੀ 'ਚ ਕੰਮ ਕਰਨ 'ਤੇ ਪਾਬੰਦੀ ਦੀ ਖਿਲਾਫ ਵਰਜ਼ੀਆਂ ਦੀ ਇਤਲਾਹ ਦੇਣ ਲਈ ਸਰਕਾਰੀ ਹੁਕਾਮ ਨੇ ਨੰਬਰ ਵੀ ਜਾਰੀ ਕੀਤਾ ਅਤੇ ਖਿਲਾਫ ਵਰਜ਼ੀ ਦੀ ਇਤਲਾਹ ਮੋਬਾਈਲ ਫੋਨ ਐਪਲੀਕੇਸ਼ਨ ਦੇ ਜ਼ਰੀਏ ਵੀ ਦਿੱਤੀ ਜਾ ਸਕਦੀ ਹੈ। ਨੌਸ਼ਹਿਰਾ 'ਚ ਪਸ਼ਤੋ ਡਰਾਮਿਆਂ ਦੀ ਅਦਾਕਾਰਾ ਖੁਸ਼ਬੂ ਨੂੰ ਕਤਲ ਕਰ ਦਿੱਤਾ ਗਿਆ। ਨੌਸ਼ਹਿਰਾ 'ਚ ਖੇਤਾਂ ਤੋਂ ਪਸ਼ਤੋ ਡਰਾਮਿਆਂ ਦੀ ਫਨਕਾਰਾ ਖੁਸ਼ਬੂ ਦੀ ਲਾਸ਼ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਫਨਕਾਰਾ ਨੂੰ ਫਾਇਰਿੰਗ ਕਰਕੇ ਕਤਲ ਕੀਤਾ ਗਿਆ ਹੈ। ਮਕਤੂਲਾ ਦੇ ਭਾਈ ਦੀ ਮੁਦਈਅਤ 'ਚ 2 ਮੁਲਜ਼ਮਾਨ ਦੇ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਗਿਆ। ਵਾਕਿਆ ਦੀ ਤਹਿਕੀਕਾਤ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਅਤੇ DPO ਅਜ਼ਹਰ ਖਾਨ ਦੇ ਮੁਤਾਬਿਕ ਪੁਲਿਸ ਨੂੰ ਇਤਲਾਹ ਮਿਲਦੀ ਹੈ ਕਿ ਇਲਾਕਾ
ਖੁਸ਼ਮਕਾਮ ਵਿੱਚ ਖੇਤਾਂ ਤੋਂ ਲਾਸ਼ ਮਿਲੀ ਹੈ ਜਿਸ ਦੀ ਸ਼ਨਾਖ ਖੁਸ਼ਬੂ ਦੇ ਨਾਂ ਤੋਂ ਹੋਈ ਹੈ ਤੇ ਮਕਤੂਲਾ ਪਸ਼ਤੋ ਡਰਾਮਿਆਂ ਦੀ ਫਨਕਾਰਾ ਹੈ। ਮਕਤੂਲਾ ਦੇ ਭਾਈ ਸ਼ਹਿਰਯਾਰ ਨੇ ਪੁਲਿਸ ਨੂੰ ਦੱਸਿਆ ਕਿ ਮਕਤੂਲਾ ਨੂੰ ਮੁਲਜ਼ਮਾਨ ਮਹਿਫਲੇ ਮੌਸੀਕੀ 'ਚ ਨੱਚਣ ਗਾਉਣ ਤੋਂ ਮਨ੍ਹਾ ਕਰਦੇ ਸਨ ਤੇ ਇਨਕਾਰ ਤੇ ਮੁਬੈਨਾ ਤੌਰ ਤੇ ਫਾਇਰਿੰਗ ਕਰਕੇ ਕਤਲ ਕਰ ਦਿੱਤਾ ਤੇ ਲਾਸ਼ ਖੇਤਾਂ 'ਚ ਸੱਟ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲਾਸ਼ ਪੋਸਟਮਾਰਟਮ ਲਈ ਹਸਪਤਾਲ ਮੁੰਤਕਿਲ ਕਰ ਦਿੱਤੀ ਗਈ ਹੈ ਤੇ ਵਾਕਿਆ ਦੀ ਮਜ਼ੀਦ ਤਹਿਕੀਕਾਤ ਜਾਰੀ ਨੇ ਤੇ ਮੁਕਦਮੇ 'ਚ ਨਾਮਜ਼ਦ ਅਫਰਾਦ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਨੇ। ਬਾਲੀਵੁੱਡ ਦੀ ਮਾਰੂਫ ਹੀਰੋਇਨ ਕਾਜਲ ਦੇ ਨਾਲ ਨੈੱਟਫਲਿਕਸ ਸੀਰੀਜ਼ ਦਾ ਟ੍ਰਾਇਲ ਵਿੱਚ ਅਦਾਕਾਰੀ ਦੇ ਜ਼ੋਰ ਵਿਖਾਉਣ ਵਾਲੀ ਅਦਾਕਾਰਾ ਤੇ ਮਾਡਲ ਨੂਰ ਮਲਾਬਿਕਾ ਦਾਸ ਮੁੰਬਈ ਦੇ ਫਲੈਟ 'ਚ ਮੁਰਦਾ ਪਾਈ ਗਈ ਤੇ ਭਾਰਤੀ ਜ਼ਰਾਏ ਦਾ ਕਹਿਣਾ ਹੈ ਕਿ ਨੂਰ ਮਲਾਬਿਕਾ ਦਾਸ ਦੇ ਪੜੋਸੀਆਂ ਨੇ ਉਹਨਾਂ ਦੇ ਫਲੈਟ ਤੋਂ ਬਦਬੂ ਆਉਣ ਦੇ ਬਾਅਦ ਪੁਲਿਸ ਨੂੰ ਇਤਲਾਹ ਦਿੱਤੀ ਸੀ। ਭਾਰਤੀ ਮੀਡੀਆ ਦੀ ਇੱਕ ਰਿਪੋਰਟ ਦੇ ਮੁਤਾਬਿਕ ਮੁਤਅੱਦਿਦ ਵੈੱਬ ਸ਼ੋਅਜ਼ 'ਚ ਕੰਮ ਕਰਨ ਵਾਲੀ ਅਦਾਕਾਰਾ ਨੂਰ ਮਲਾਬਿਕਾ ਦਾਸ ਨੂੰ ਮੁੰਬਈ 'ਚ ਉਹਨਾਂ ਦੇ ਫਲੈਟ ਤੋਂ ਮੁਰਦਾ ਹਾਲਤ 'ਚ ਬਰਾਮਦ ਕੀਤਾ ਗਿਆ। ਪੁਲਿਸ ਨੂੰ ਸ਼ੁਬਾ ਹੈ ਕਿ ਉਹਨਾਂ ਦੀ ਮੌਤ ਖੁਦਕੁਸ਼ੀ ਤੋਂ ਹੋਈ ਹੈ ਤੇ ਅਦਾਕਾਰੀ ਤੋਂ ਕਬਲ ਕਤਰ ਏਅਰਵੇਜ਼ ਦੇ ਨਾਲ ਮੁਨਸਲਿਕ ਸਾਬਕਾ ਏਅਰ ਹੋਸਟਿਸ ਨੂਰ ਮਲਾਬਿਕਾ ਦਾ ਤਾਲੁਕ ਆਸਾਮ ਤੋਂ ਸੀ ਤੇ ਉਹ ਮੁੰਬਈ ਦੇ ਇਲਾਕੇ ਲੋਖੰਡਵਾਲਾ 'ਚ ਰਿਹਾਇਸ਼ ਪਜ਼ੀਰ ਸਨ। ਉਹਨਾਂ ਨੇ 2023 ਦੀ ਨੈੱਟਫਲਿਕਸ ਸੀਰੀਜ਼ ਦੀ ਟ੍ਰਾਇਲ 'ਚ ਕਾਜੋਲ ਦੇ ਨਾਲ ਕੰਮ ਕੀਤਾ ਸੀ। ਭਾਰਤੀ ਮੀਡੀਆ ਦੀ ਰਿਪੋਰਟ ਦੇ ਮੁਤਾਬਿਕ ਗੁਜ਼ਸ਼ਤਾ ਜੁਮੇਰਾਤ ਨੂੰ ਉਹਨਾਂ ਦੀ ਲਾਸ਼ ਫਲੈਟ ਤੋਂ ਬਰਾਮਦ ਕੀਤੀ ਗਈ ਤੇ ਨੂਰ ਮਲਾਬਿਕਾ ਦਾਸ ਦੇ ਪੜੋਸੀਆਂ ਨੇ ਬਦਬੂ ਉੱਠਣ ਤੇ ਪੁਲਿਸ ਨੂੰ ਇਤਲਾਹ ਦਿੱਤੀ ਸੀ, ਜਿਸ ਤੇ ਪੁਲਿਸ ਨੇ ਕਾਰਵਾਈ ਦੇ ਦੌਰਾਨ ਦਰਵਾਜ਼ਾ ਤਰੋੜ ਕੇ 37 ਸਾਲਾ ਅਦਾਕਾਰਾ ਦੀ ਬੁਸੀਦਾ ਲਾਸ਼ ਨੂੰ ਬਰਾਮਦ ਕੀਤਾ ਸੀ। T20 ਵਰਲਡ ਕੱਪ ਵਿੱਚ ਟੀਮ ਪਾਕਿਸਤਾਨ ਆਪਣਾ ਤੀਜਾ ਮੈਚ ਕੱਲ੍ਹ ਨਿਊਯਾਰਕ 'ਚ ਕੈਨੇਡਾ ਦੇ ਖਿਲਾਫ ਖੇਡੇਗੀ। ਕ੍ਰਿਕਟ ਦੇ ਮੈਗਾ ਇਵੈਂਟ 'ਚ ਇਨ ਰਹਿਣ ਲਈ ਪਾਕਿਸਤਾਨ ਨੂੰ ਨਾ ਸਿਰਫ ਆਪਣੇ ਅਗਲੇ ਦੋਵਾਂ ਮੈਚਿਸ ਜਿੱਤਣਾ ਜ਼ਰੂਰੀ ਹੈ ਬਲਕਿ ਅਮਰੀਕਾ ਦੀ ਭਾਰਤ ਤੇ ਆਇਰਲੈਂਡ ਦੇ ਖਿਲਾਫ ਸ਼ਿਕਸਤ ਵੀ ਲਾਜ਼ਮੀ ਹੈ। ਅਗਰ ਅਮਰੀਕਾ ਕਿਸੇ ਵੀ ਤਰ੍ਹਾਂ ਮਜ਼ੀਦ ਇੱਕ ਪੁਆਇੰਟ ਹਾਸਲ ਕਰਨ 'ਚ ਕਾਮਯਾਬ ਹੋ ਗਿਆ ਤੇ ਪਾਕਿਸਤਾਨ ਲਈ ਇਵੈਂਟ ਪਹਿਲੇ ਮਰਹੱਲੇ 'ਚ ਖਤਮ ਹੋ ਜਾਏਗਾ ਤੇ T20 ਵਰਲਡ ਕੱਪ 'ਚ ਪਾਕਿਸਤਾਨ ਟੀਮ ਦਾ ਆਗਾਜ਼ ਇੰਤਹਾਈ ਮਾਯੂਸ ਕਰਨ ਰਿਹਾ। ਪਹਿਲੇ ਮੈਚ 'ਚ ਅਮਰੀਕਾ ਤੋਂ ਸੁਪਰ ਓਵਰ 'ਚ ਸ਼ਿਕਸਤ ਖਾਈ ਤੇ ਫਿਰ ਰਵਾਇਤੀ ਹਰੀਫ ਭਾਰਤ ਦੇ ਖਿਲਾਫ ਟੀਮ ਪਾਕਿਸਤਾਨ 120 ਰਨਸ ਦਾ ਹਦਫ ਹਾਸਲ ਕਰਨ 'ਚ ਨਾਕਾਮ ਰਹੀ। ਪਾਕਿਸਤਾਨ ਟੀਮ ਨੂੰ ਹੁਣ ਆਪਣੇ ਤੀਜੇ ਮੈਚ 'ਚ ਕੱਲ੍ਹ ਕੈਨੇਡਾ ਦਾ ਸਾਹਮਣਾ ਕਰਨਾ ਹੈ, ਜਿਹੜਾ ਅਮਰੀਕਾ ਤੋਂ ਹਾਈ ਸਕੋਰਿੰਗ ਮੈਚ 'ਚ ਸ਼ਿਕਸਤ ਦੇ ਬਾਅਦ ਆਇਰਲੈਂਡ ਨੂੰ 12 ਰਨਸ ਤੋਂ ਹਰਾ ਚੁੱਕਿਆ ਹੈ। ਪਾਕਿਸਤਾਨ ਨੂੰ ਸੁਪਰ 8 ਤੱਕ ਰਸਾਈ ਲਈ ਸਿਰਫ ਕੈਨੇਡਾ ਨੂੰ ਹਰਾਉਣਾ ਬਲਕਿ ਆਖਰੀ ਗਰੁੱਪ ਮੈਚ 'ਚ ਆਇਰਲੈਂਡ ਨੂੰ ਸ਼ਿਕਸਤ ਦੇਣਾ ਹੋਵੇਗੀ, ਨਾਲ ਹੀ ਰਨ ਰੇਟ ਵੀ ਵਧਾਉਣਾ ਹੋਵੇਗਾ। ਇਸ ਦੇ ਬਾਵਜੂਦ ਪਾਕਿਸਤਾਨ ਦੀ ਅਗਲੇ ਮਰਹੱਲੇ ਤੱਕ ਰਸਾਈ ਦਾ ਦਾਰੋ ਮਦਾਰ ਅਮਰੀਕਾ ਦੀ ਬਾਕੀ ਦੋਵਾਂ ਮੈਚਿਸ 'ਚ ਸ਼ਿਕਸਤ 'ਤੇ ਹੋਵੇਗਾ। ਇਹਨੂੰ ਭਾਰਤ ਤੇ ਆਇਰਲੈਂਡ ਦੋਵਾਂ ਤੋਂ ਹਾਰਨਾ ਹੋਵੇਗਾ ਤੇ ਕੋਈ ਮੈਚ ਬਾਰਿਸ਼ ਦੀ ਨਜ਼ਰ ਵੀ ਹੋਇਆ ਤੇ ਪਾਕਿਸਤਾਨ ਦੀ ਛੁੱਟੀ ਪੱਕੀ ਹੋ ਜਾਵੇਗੀ, ਕਿਉਂਕਿ ਅਮਰੀਕਾ ਨੂੰ ਸੁਪਰ 8 ਤੱਕ ਰਸਾਈ ਲਈ ਸਿਰਫ 1 ਪੁਆਇੰਟ ਦੀ ਜ਼ਰੂਰਤ ਹੈ। ਪਾਕਿਸਤਾਨ ਕ੍ਰਿਕਟ ਟੀਮ ਦੇ ਹੈੱਡ ਕੋਚ ਗੈਰੀ ਕ੍ਰਿਸਟਨ ਦਾ ਕਹਿਣਾ ਹੈ ਕਿ ਸਲੋ ਆਊਟ ਫੀਲਡ ਦੀ ਵਜ੍ਹਾ ਤੋਂ ਵੱਡਾ ਟੋਟਲ ਨਹੀਂ ਹੋਇਆ ਸੀ ਤੇ ਕ੍ਰਿਕਟ ਸਿਰਫ ਚੌਕੀਆਂ ਛੱਕੀਆਂ ਦਾ ਨਾਂ ਨਹੀਂ, ਅਗਰ ਆਪਣਾ ਗੇਮ ਬਿਹਤਰ ਨਹੀਂ ਕੀਤਾ ਤੇ ਤੁਸੀਂ ਲੰਬਾ ਨਹੀਂ ਖੇਡ ਪਾਵੋਗੇ। ਨਿਊਯਾਰਕ 'ਚ ਪਾਕ ਭਾਰਤ ਮੈਚ ਦੇ ਬਾਅਦ ਪਾਕਿਸਤਾਨੀ ਟੀਮ ਦੇ ਹੈੱਡ ਕੋਚ ਗੈਰੀ ਕ੍ਰਿਸਟਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਹੋਇਆਂ ਕਿਹਾ ਕਿ ਤਮਾਮ ਖਿਲਾੜੀ ਤਜਰਬੇਕਾਰ ਨੇ, ਇਹਨਾਂ ਨੂੰ ਅੰਦਾਜ਼ਾ ਹੈ ਕਿ ਕਿਵੇਂ ਪਰਫਾਰਮ ਕਰਨਾ। ਹੈੱਡ ਕੋਚ ਦਾ ਕਹਿਣਾ ਸੀ ਕਿ ਇਹਨਾਂ ਦੇ ਖਿਆਲ 'ਚ ਨਿਊਯਾਰਕ ਦੀ ਵਿਕਟ ਖਤਰਨਾਕ ਨਹੀਂ ਸੀ, ਇੱਕ ਦੋ ਜਗ੍ਹਾ ਸ਼ਾਰਪ ਬਾਊਂਸ ਸੀ, ਲੇਕਿਨ ਉਹ ਮਸਲਾ ਨਹੀਂ ਹੈ। ਗੈਰੀ ਕ੍ਰਿਸਟਨ ਨੇ ਕਿਹਾ ਕਿ ਸਲੋ ਆਊਟ ਫੀਲਡ ਦੀ ਵਜ੍ਹਾ ਤੋਂ ਇੱਥੇ ਵੱਡਾ ਟੋਟਲ ਨਹੀਂ ਹੋਇਆ ਸੀ, 140 ਇੱਥੇ ਚੰਗਾ ਸਕੋਰ ਹੁੰਦਾ ਹੈ ਅਤੇ ਭਾਰਤ ਨੂੰ ਇਸ ਤੋਂ ਕੰਮ 'ਚ ਰੋਕਿਆ ਸੀ। ਹੈੱਡ ਕੋਚ ਨੇ ਕਿਹਾ ਕਿ ਸਿਰਫ ਕ੍ਰਿਕਟ ਸਿਰਫ ਚੌਕੀਆਂ ਛੱਕੀਆਂ ਦਾ ਨਾਂ ਨਹੀਂ, ਟੋਟਲ ਦਾ ਮੈਚ ਵੀ 120 ਦਿਲਚਸਪ ਹੋ ਸਕਦਾ ਸੀ ਅਤੇ ਗੈਰੀ ਕ੍ਰਿਸਟਨ ਦਾ ਕਹਿਣਾ ਸੀ ਕਿ ਅਗਰ ਤੁਸੀਂ ਖੁਦ ਨੂੰ ਆਪਣੇ ਆਪ ਨੂੰ ਅਤੇ ਗੇਮ ਨੂੰ ਬਿਹਤਰ ਨਾ ਕੀਤਾ ਤਾਂ ਤੁਸੀਂ ਲੰਬਾ ਨਹੀਂ ਖੇਡ ਪਾਓਗੇ। ਇੰਟਰਨੈਸ਼ਨਲ ਕ੍ਰਿਕਟ 'ਚ ਹਰ ਵਾਰ ਆਪਣੇ ਆਪ ਨੂੰ ਤਬਦੀਲ ਕਰਨਾ ਹੁੰਦਾ ਹੈ। ਉਹਨਾਂ ਨੇ ਕਿਹਾ ਕਿ ਹਦਫ ਦੇ ਤਾਕੂ ਵਿੱਚ ਇਬਤਦਾਈ 15 ਓਵਰਸ 'ਚ ਚੰਗਾ
ਖੇਡਿਆ। ਇਹੋ ਜਿਹਾ ਪਲੈਨ ਸੀ, ਲੇਕਿਨ ਵਿਕਟਾਂ ਗਿਰਨ ਦੇ ਬਾਅਦ ਰਨਸ ਬਣਨਾ ਰੁਕੇ ਤੇ ਦਬਾਓ ਵਿੱਚ ਆ ਗਏ। ਦੇਸੀ ਟੀਵੀ USA ਤੋਂ ਫਿਲ ਵਕਤ ਇਤਨਾ ਹੀ। ਮਜ਼ੀਦ ਖਬਰਾਂ ਤੇ ਅਪਡੇਟਸ ਲਈ ਸਾਡੇ ਨਾਲ ਰਹੋ ਤੇ ਵੇਖਦੇ ਰਹੋ ਦੇਸੀ ਟੀਵੀ USA, DTV NN ਤੇ ਸਾਡਾ OTT ਪਲੈਟਫਾਰਮ DTV Flix, ਜਿੱਥੇ 3,000 ਤੋਂ ਜ਼ਿਆਦਾ ਚੈਨਲਸ ਨੂੰ ਵੇਖਿਆ ਜਾ ਸਕਦਾ ਹੈ।